ਡੇਰੇ ਦੀ ਬਿਲਡਿੰਗ ਬਣਾਈ ਹੈਗੀ ਉਹਦੇ ਵਿੱਚ ਨਿਓਆ ਨਹੀਂ ਭਰੀਆਂ ਹੈਗੀਆਂ ਤੇ ਹੁਣ ਤੁਸੀਂ ਆਖੋ ਬਿਨਾ ਨਿਓ ਉਹ ਤੋਂ ਬਿਲਡਿੰਗ ਖੜੂ ਕਿਵੇਂ ਆਹ ਥੋੜਾ ਸਾਹਮਣੇ ਹੈ ਜੀ ਦੇਖੋ ਸਸੀ ਗਾਲ ਦੋਸਤੋ ਅੱਜ ਵਾਲੀ ਵੀਡੀਓ ਬਹੁਤ ਖਾਸ ਹੈ ਜਿਵੇਂ ਪਹਿਲਾਂ ਨਾ ਜੇ ਪੁਰਾਣੇ ਸਮੇਂ 'ਚ ਦੇਖੀਏ ਵੀ ਨਿਵਾ ਘੱਟ ਭਰਦੇ ਸੀਗੇ ਡਾਟ ਲਾ ਕੇ ਨਿਉ ਨੂੰ ਸੈੱਟ ਕਰਦੇ ਸੀਗੇ ਜਿਹਦੇ ਨਾਲ ਖਰਚਾ ਵੀ ਵੱਜਦਾ ਟਾਈਮ ਵੀ ਵੱਜਦਾਗਾ ਤੇ ਅੱਜ ਆਪਣੇ ਨਾਲ ਨੇ ਮਿਸਤਰੀ ਲਹਿਰਾ ਮੱਬਤੋਂ ਜਿਨ੍ਹਾਂ ਨੇ ਨਾ ਇੱਥੇ ਡੇਰੇ ਦੀ ਬਿਲਡਿੰਗ ਬਣਾਈ ਹੈਗੀ ਉਹਦੇ ਵਿੱਚ ਨਿਵਾ ਨਹੀਂ ਭਰੀਆਂ ਹੈਗੀਆਂ ਤੇ ਹੁਣ ਤੁਸੀਂ ਆਖੋ ਬਿਨਾ ਨਿਉ ਉਹ ਤੋਂ ਬਿਲਡਿੰਗ ਖੜੂ ਕਿਵੇਂ ਉਹ ਆਪਾਂ ਮਿਸਤਰੀ ਸਾਹਿਬ ਤੋਂ ਸਾਰੀ ਗੱਲ ਸਮਝਾਂਗੇ ਤੇ ਕਿਵੇਂ ਇਹਦੇ ਨਾਲ ਖਰਚਾ ਵੱਜਦਾ ਕੀ ਕੀ ਇਹਦੇ ਵਿੱਚ ਧਿਆਨ ਰੱਖਣਯੋਗ ਗੱਲਾਂ ਨੇ ਹੱਸੀ ਗੱਲ ਜੀ ਉਸ ਤਰੀਕਾ ਜੀ ਹਾਂ ਪਹਿਲਾਂ ਤਾਂ ਮਿਸਤਰੀ ਸਾਹਿਬ ਆਪਣਾ ਨਾਮ ਤੇ ਪਿੰਡ ਦੱਸ ਦੀ ਆਪਾਂ ਜੀ ਨਾਮ ਮੇਰਾ ਕਾਕਾ ਸਿੰਘ ਮ ਪਿੰਡ ਲਹਿਰਾਮਪੁਰ ਜੀ ਜੀ ਮਿਸਤਰੀ ਸਾਹਿਬ ਜੇ ਗੱਲ ਕਰੀਏ ਵੀ ਵੈਸੇ ਨਾ ਜਿਵੇਂ ਤੁਸੀਂ ਮੈਨੂੰ ਦੱਸਿਆ ਸੀਗਾ ਜਦੋਂ ਫੋਨ ਤੇ ਵੀ ਨਿਉ ਨਹੀਂ ਭਰੀ ਅਸੀਂ ਡਾਟ ਲਾਈ ਜੰਨੇ ਹਾਂ ਉਹਦੇ ਵਿੱਚ ਮੈਨੂੰ ਵੀ ਐਂ ਜੇ ਲੱਗੇ ਕਿ ਰਾਂ ਵੀ ਯਾਰ ਐ ਬਿਲਡਿੰਗ ਕਿਵੇਂ ਖੜ ਜੂਗੀ ਹੁਣ ਦੇਖ ਕੇ ਇੱਕੋ ਜੂਬਾ ਲੱਗਦਾ ਮੈਨੂੰ ਵੀ ਯਾਰ ਸੱਚੀ ਐ ਖੜੀ ਆ ਆ ਤੁਹਾਡੇ ਸਾਹਮਣੇ ਐ ਜੀ ਦੇਖੋ ਜੀ ਵੀ ਡਾਟ ਲੱਗੀ ਵੀ ਹੈਗੀ ਥੱਲੇ ਖਾਲੀ ਐ ਥੱਲੇ ਖਾਲੀ ਆ ਦੋਸਤੋ ਦੇਖ ਸਕਦੇ ਹੋ ਹਾਂ ਦੇਖ ਸਕਦੇ ਹੋ ਇਹਦੇ ਥੱਲੇ ਕੋਈ ਇਟ ਨਹੀਂ ਲੱਗੀ ਕੋਈ ਇਟ ਨਹੀਂ ਲੱਗੀ ਜੀ ਥੱਲੇ ਠੀਕ ਆ ਜੀ ਇਹ ਦੋਨੇ ਪਾਸੇ ਪਿੱਲਰਾਂ ਤੇ ਡਾਟ ਲਾਈ ਗਈਆਂ ਤੇ ਲਾਈ ਜੇ ਦੀ ਗੱਲ ਕਰੀ ਇਹ ਪਹਿਲਾਂ ਨੇ ਮਤਲਬ ਟਾਈਮ ਚ ਲੱਗਦੀ ਸੀ ਜੂ ਬਜ਼ੁਰਗ ਕੰਮ ਕਰਦੇ ਹਾਂ ਬਜ਼ੁਰਗ ਕੰਮ ਕਰਦੇ ਸੀ ਸਾਡੇ ਉਹਨਾਂ ਨੇ ਤੋਂ ਪਹਿਲਾਂ ਲਾਈਆਂ ਸੀ ਜੀ ਠੀਕ ਹੈ ਤੇ ਉਹ ਅੱਜ ਤੱਕ ਕਾਮਜਾਬ ਖੜੇ ਆ ਹਾਂ ਕਾਮਜਾਬ ਕੋਠੀ ਬਣਾਈ ਵੀ ਛੱਡੀ ਜੀ ਠੀਕ ਹੈ ਹਾਂਜੀ ਪੂਰੀ ਤਰ੍ਹਾਂ ਓਕਰ ਕੋਠੀ ਤਰ੍ਹਾਂ ਜੀ ਠੀਕ ਹੈ ਜੀ ਤੇ ਇਹਦਾ ਕਾਰਨ ਕੀ ਹੈ ਵੀ ਇਹ ਲਾਉਣੀ ਪਈ ਆਪ ਨੂੰ ਇੱਥੇ ਇਹਦਾ ਖਰਚਾ ਬਚਦਾ ਜੀ ਇਹਦੇ ਨਾਲ ਠੀਕ ਹੈ ਜੀ ਜ਼ਿਆਦਾ ਇੱਟ ਲੱਗਦੀ ਜੇ ਆਪਾਂ ਦੇਖੇ ਬਈ ਨਾ ਮਗਰੋਂ ਦਿਖਾ ਦੇ ਥੋੜਾ ਜਿਹਾ ਇੱਧਰ ਬਾਣ ਨੀਵਾਗਾ ਮੇਰੇ ਹਿਸਾਬ ਨਾਲ 7 ਫੁੱਟ ਤੇ ਜਾ ਕੇ ਆਪਾਂ ਨੂੰ ਕਾਲੀ ਸੀ ਕਾਲੀ ਮਿੱ 5 ਫੁੱਟ ਆਪਾਂ ਭਰਤੇ ਦੇ ਖੜੇ ਆ। ਹਾਂ ਤੂੰ ਦੇਖ ਹੀ ਰਹੇ ਹੋ। ਜੀ ਮੈਂ ਆਪਾਂ ਦੇਖ ਰਹੇ ਹਾਂ 7 ਫੁੱਟ ਤੇ ਜਾਣਾ ਸੀਗਾ। ਹੁਣ ਆਪਣੀ ਉਹ ਸਾਰੀ ਇੱਟ ਬਚ ਗਈ। ਹਾਂਜੀ। ਤੇ ਇਹਨੂੰ ਖੜਾ ਹੈ ਕਿਵੇਂ ਇੱਥੋਂ ਇਹ ਪਿੱਲਰ ਥੱਲੇ ਤੱਕ ਜਾਂਦਾ। ਪਿੱਲਰ ਥੱਲੇ ਤੱਕ ਆ ਜੀ। ਠੀਕ ਹੈ ਜੀ। ਪਿੱਲਰ ਦੇ ਸਾਈਡਾਂ ਤੇ ਗਲਾਈਆਂ ਦਾ ਡਾਟ ਲਾਗੀ ਜੀ। ਠੀਕ ਹੈ। ਆਪਸ ਵਿੱਚ ਤੱਕੀ ਜਾਂਦੀ ਹੈ ਜੀ ਡਾਟ। ਜਦੋਂ ਇਹਨਾਂ ਜਿੰਨਾ ਬਜਨ ਪਾਵਾਂਗੇ ਉਨੀ ਮਜ਼ਬੂਤੀ ਹੈ ਜੀ ਇਹਦੀ। ਅੱਛਾ ਜੀ। ਹਾਂਜੀ। ਮਤਲਬ ਹੁਣ ਜਿੰਨਾ ਇਹਦੇ ਉੱਤੇ ਚਾਹੇ 2 ਮੰਜ਼ਲਾ 3 ਮੰਜ਼ਲਾ ਕਰ ਲਓ। ਹਾਂ। 2 ਮੰਜ਼ਲਾ ਕਰ ਲਓ ਜੀ। ਕਿੰ ਜੇ ਆਪਾਂ ਦੇਖੀਏ ਇੰਨੇ ਖਾਂ ਚ 15 2000 ਇਟ ਲੱਗੇ ਜਾਣੀ ਸੀ ਹਰਾਮ ਨਾਲ ਲੱਗਦੀ ਜੀ ਤੇ ਕਿੰਨਾ ਸਿਮਿੰਟ ਲੱਗਿਆਣਾ ਸੀ ਇੱਕ ਇੱਕ ਪੂਰੀ ਨਾਲ 500 ਇਟ ਲਾਉਂਦਾ ਜੀ ਮਿਸਤਰੀ ਠੀਕ ਹੈ ਜੀ ਹੁਣ ਦੇਖ ਲਓ ਤੁਸੀਂ ਇਹ 100 ਫੁੱਟ ਚ ਕਿੰਨੀਆਂ ਇਟਾਂ ਲੱਗੀਆਂ ਕਿੰਨੀਆਂ ਇਟਾਂ ਲੱਗੀਆਂ ਫੇਰ ਇਹਨੂੰ ਪੱਟਣ ਦਾ ਪਟਾਈ ਦਾ ਫੇਰ ਇਟ ਲਾਉਂਦਾ ਲੀਵਰ ਦਾ ਸਾਰਾ ਕੁਝ ਮਤਲਬ ਕਿ ਇੱਡੀ ਜਲਦੀ ਕੰਮ ਨਹੀਂ ਕਰ ਸਕਦੇ ਤੁਸੀਂ ਠੀਕ ਹੈ ਜੀ ਹਾਂਜੀ ਪਰ ਇਹ ਤੁਸੀ ਦੱਸ ਦਿਓ ਵੀ ਜਿਵੇਂ ਹੁਣ ਆ ਅਗੇ ਜਿਹੜੇ ਪਿੱਲਰ ਆ ਕੇ ਜਮੇ ਇਹਨਾਂ ਥਾਂ ਪੱਟਿਆ ਬਸ ਉੱਥੋਂ ਪਿੱਲਰ ਨੂੰ ਚੱਕ ਲਿਆ ਚੱਕ ਲਿਆ ਜੀ ਕਾਲੀ ਮਿੱਟੀ ਤੋਂ ਕਾਲੀ ਮਿੱਟੀ ਤੋਂ ਚੱਕ ਕੇ ਪਿੱਲਰ ਠੀਕ ਹੈ ਜੀ ਮਿੱਟੀ ਤੇ ਡਾਟ ਲਾ ਕੇ ਠੀਕ ਹੈ ਜੀ ਤੇ ਉੱਪਰ ਇਹਦੇ ਚਨਈ ਜੇ ਅੱਜ ਕੱਲ ਦੇ ਆਪਾਂ ਮਿਸਤਰੀਆਂ ਨੂੰ ਦੱਸੀ ਕਿਉਂਕਿ ਪਹਿਲਾਂ ਤੁਸੀਂ ਤਾਂ ਬਜ਼ੁਰਗਾਂ ਨੂੰ ਦੇਖਿਆ ਤੁਸੀਂ ਕੋਠੀ ਵੀ ਦੇਖੀ ਆ ਇਹਨੂੰ ਦੂਜੀ ਨਿਓ ਨਾਲ ਆਪਾਂ ਮਜ਼ਬੂਤ ਮੰਨਾਂਗੇ ਹਾਂ ਮਜ਼ਬੂਤ ਮੰਨਾਂਗੇ ਜੀ ਇਹਨੂੰ ਠੀਕ ਇਹਨੂੰ ਜ਼ਿਆਦਾ ਮਜ਼ਬੂਤ ਮੰਨਾਂਗੇ ਜੀ ਠੀਕ ਹੈ ਜੀ ਜੇ ਤੇ ਪਾਣੀ ਪਾਸੇ ਪੈਂਦਾ ਤਾਂ ਮਿੱ ਠੀਕ ਹੈ ਇਹ ਨਹੀਂ ਹੈਗਾ ਵੀ ਜਿਵੇਂ ਦੂਜੇ ਘਰਾਂ ਦੇਖਿਆ ਨਿਓ ਥੱਲੇ ਬੈਗੀ ਸਾਰੇ ਤਰੇੜਾਂ ਆ ਗਈਆਂ ਹਾਂ ਤਰੇੜਾਂ ਆ ਜਾਣਗੀਆਂ ਠੀਕ ਹੈ ਜੀ ਇਹ ਤਾਂ ਇਧੇ ਤੇ ਪੰਜ ਨਾ ਹੋਣਾ ਚਾਹੀਦਾ ਠੀਕ ਹੈ ਜਿੰਨਾ ਪੰਜ ਨਾ ਪਾਉਂਗੇ ਉਨਾਂ ਹੀ ਚੰਗਾ ਇੱਥੇ ਉਨਾਂ ਹੀ ਚੰਗਾਗਾ ਹਾਂ ਜੀ ਠੀਕ ਹੈ ਜੀ ਤੇ ਸਮਾਂ ਸਭ ਤੋਂ ਵੱਡੀ ਗੱਲ ਆ ਵੀ ਟਾਈਮ ਤੁਸੀਂ ਦੱਸ ਦਿਓ ਬਹੁਤ ਬਚਿਆ ਇਹਦੇ ਨਾਲ ਬਹੁਤ ਬਚਦਾ ਜੀ ਸੁਣ ਠੀਕ ਆਪ ਵੀ ਦੇਖ ਲਓ ਤੁਸੀਂ ਵੀ ਥੱਲੋਂ ਇਹ ਖਾਲੀ ਨੇ ਹਾਂ ਜੀ ਇਹਦੇ ਇਹਦੇ ਉਪਰ ਆ ਪਾਜਣ ਲੱਗਿਆ ਹੋਇਆ ਹੁਣ ਕੰਦ ਲੱਗੀ ਪਈ ਪੂਰੀ ਠੀਕ ਹੈ ਦੇਖ ਹੀ ਰਹੇ ਹਾਂ ਹਾਂ ਤੇ ਕਿੰਨਾ ਟਾਈਮ ਹੋ ਗਿਆ ਜੀ ਇਹਨੂੰ ਬਣਾਏ ਨੂੰ ਚਾਰਕ ਠੀਕ ਹੈ ਜੀ ਹੋਰ ਇਹਦੇ ਬਾਰੇ ਕੋਈ ਜਾਣਕਾਰੀ ਦਿਨਾ ਚਾਹੋ ਜੀ ਹੋਰ ਜਾਣਕਾਰੀ ਤਾਂ ਇਹੀ ਹੈ ਵੀ ਹੁਣ ਵਾਲੇ ਮੁੰਡੇ ਕੰਮ ਕਰਨ ਸਿੱਖਣ ਠੀਕ ਹੈ ਜੀ ਵੀ ਕਰਨਗਾ ਹਾਂ ਵੀ ਪ੍ਰਾਣੀਆਂ ਤਕਨੀਕਾਂ ਕੀ ਸੀਗੀਆਂ ਪ੍ਰਾਣੀਆਂ ਤਕਨੀਕਾਂ ਹਾਂ ਕੀ ਸੀਗੀਆਂ ਕਿਵੇਂ ਖੜਦੇ ਨੇ ਮਕਾਨ ਠੀਕ ਹੈ ਜੀ ਵੀ ਘੱਟ ਖਰਚੇ ਕਰੋ ਜੀ ਖਰਚੇ ਤੋਂ ਪੁੱਛੋ ਜੀ ਤੇ ਵੱਧ ਇਹ ਉਹਨਾਂ ਲਈ ਚੰਗੀ ਚੀਜ਼ ਹੈ ਜੇ ਕੋਈ ਟਿੱਬਿਆਂ ਦੇ ਘਰ ਪਾਰਿਆ ਜਿਵੇਂ ਵੀ ਹੁਣ ਵੀ ਊ 15 ਫੁੱਟ ਕਿਤੇ ਨਿਉ ਹੀ ਭਰਨੀ ਪਵੇ ਜੇ ਹਾਂਜੀ ਹਾਂਜੀ ਟਰੱਕ ਇੱਟ ਦਾ ਲੱਗ ਜਾਊਗਾ ਉਹ ਤਾਂ ਹੁਣ ਲੱਗਣੀ ਹੈ ਇੱਟ ਜੀ ਹਾਂਜੀ ਉਹਨੂੰ ਬਚਾਓ ਨਾ ਉਹਨੂੰ ਬਚਾਓ ਅਲੱਗ ਨੇ ਪੂਰੇ ਕਾੜੇ ਥਾਂ ਚ ਨ ਹਾਂਜੀ ਕੱਲ ਡਾ ਆਉਂਦਾ ਨਹੀਂ ਕੱਲ ਡਾ ਆਉਂਦਾ ਨਹੀਂਗਾ ਜੇ ਤਾਂ ਟਿੱਬੇ ਹੀ ਪਏ ਨੇ ਹਾਂ ਟਿੱਬੇ ਹੀ ਪਏ ਨੇ ਜੀ ਫਿਰ ਉਦੋਂ ਬਿਹਤਰ ਫਿਰ ਇਹ ਹੀ ਹੈ ਨਾ ਵੀ ਕੱਲੇ ਥਾਂ ਮੇ ਲਾ ਦੋ ਠੀਕ ਹੈ ਜੀ ਤੇ ਬਹੁਤ ਵਧੀਆ ਲੱਗਿਆ ਜੀ ਤੇ ਜਿਹੜੀ ਤੁਸੀਂ ਕੋਠੀ ਦੀ ਗੱਲ ਕਰਦੇ ਉਹਨੂੰ ਅਜੇ ਤੱਕ ਕੁਝ ਨਹੀਂ ਹੋਇਆ ਹਾਂਜੀ ਕੁਝ ਨਹੀਂ ਹੋਇਆ ਜੀ ਠੀਕ ਹੈ ਜੀ ਉਹ ਪਿੰਡ ਦਾ 40 ਪਾਈ ਵੀ ਹੈ ਜੀ ਜੀ ਤੇ ਲੋ ਵੀ ਦੋਸਤੋ ਕਮੈਂਟ ਕਰਕੇ ਦੱਸਿਓ ਜਿਹੜੇ ਜਿਹੜੇ ਮਿੱਤਰਾਂ ਨੇ ਨਾ ਇਹ ਪਹਿਲਾਂ ਇਸ ਤਰ੍ਹਾਂ ਦੀ ਨਿਉਂ ਦੇਖੀ ਆ ਵੀ ਡਾਟ ਵਾਲੀ ਨਿਉਂ ਵੀ ਹੁੰਦੀ ਹੈ ਕਿਉਂਕਿ ਡਾਟ ਉੱਪਰ ਤਾਂ ਸਭ ਨੇ ਦੇਖੀ ਸੀਗੀ ਵੀ ਥੱਲੇ ਨਿਉਂ ਦੇ ਵਿੱਚ ਵੀ ਡਾਟ ਹੁੰਦੀ ਆ ਤੇ ਬਿਨਾ ਇਟਾਂ ਤੋਂ ਜੇ ਕਹਿ ਦਈਏ ਵੀ ਡਾਟ ਇੱਕ ਖੜੀ ਹੈ ਤੇ ਆ ਦੇਖੋ ਤੁਸੀਂ ਕਿੰਨਾ ਸਟਰਕਚਰ ਕਿੰਨਾ ਲੋਡ ਹੈ ਇਹਦੇ ਉੱਪਰ ਛੱਤ ਬਣੀ ਹੋਈ ਹੈ ਸਾਰਾ ਤੇ ਸਾਰੀਆਂ ਕੰਧਾਂ ਨੇ ਕੋਈ ਇੱਥੇ ਇੰਚ ਵੀ ਕੋਈ ਇਹ ਨਹੀਂ ਹੈਗਾ ਵੀ ਕੋਈ ਫਰਕ ਹੋਊਗਾ ਤੇ ਜਿਹੜੇ ਜਿਹੜੇ ਨੇ ਦੇਖੀ ਆ ਜੇ ਜਿਨ੍ਹਾਂ ਦੇ ਬਜ਼ੁਰਗ ਨੇ ਕੰਮ ਕੀਤਾ ਉਹ ਵੀ ਕਮੈਂਟ ਕਰਕੇ ਜਰੂਰ ਦੱਸਿਓ ਧੰਨਵਾਦ ਦੋਸਤੋ ਅੱਗੇ ਕੋਈ ਵੀ ਸੁਝਾਅ ਹੋਵੇ ਮੈਸੇਜ ਦੇ ਵਿੱਚ ਕਮੈਂਟ ਕਰਕੇ ਜਰੂਰ ਦੱਸਿਓ